ਸਾਰੇ ਆਵਾਮ ਦੇਖਣ ਦੀ ਪਈ ਹੈ। ਇਹਨਾਂ ਨੇ ਆਪਣੀ ਮਦਦ ਆਪ ਦੇ ਤਹਿਤ ਜਰਾ ਕੁਝ ਵੀ ਇਹਨਾਂ ਕੋਲ ਥੀ ਸਕੇ, ਇਹਨਾਂ ਨੇ ਬੰਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਨਹੀਂ ਥੀ, ਤਰੁੱਟ ਗਿਆ ਆਖਿਰਕਾਰ। ਅਤੇ ਹਕੂਮਤ ਕੋਈ ਮਦਦ ਕਹਿ ਨਹੀਂ ਕਰੇਂਦੀ ਪਈ ਆਵਾਮ ਦੀ। ਇਹ ਸਾਰਾ ਦੇਖੋ, ਇਹ ਸਾਰਾ ਪਾਣੀ ਪਾਣੀ ਇਹ ਪਾਣੀ ਚੜ੍ਹਦਾ ਅੱਜ ਉੱਥੇ, ਇਹ ਪਾਣੀ ਆਹਿਸਤਾ ਆਹਿਸਤਾ ਦੇਖੋ ਸਾਹਮਣੇ ਚੜ੍ਹਦਾ ਦੇ। ਆਵਾਮ ਦਾ ਕੋਈ ਨੁਕਸਾਨ ਠੀਕ ਹੈ, ਬਹੁਤ ਜ਼ਿਆਦਾ ਨੁਕਸਾਨ ਠੀਕ ਹੈ ਸਾਰਾ। ਇਹ ਜਿੱਥੇ ਤੱਕ ਜਿਵੇਂ ਦਾ ਪਾਣੀ ਪੱਤੂ ਵਾਲੀ ਸਾਈਡ ਹੋਣ ਵੇਂਦਾ ਪਿਆ ਪਾਣੀ, ਇਹ ਫਤੂ ਵਾਲੀ ਜਿਹੜੀ ਰੋਡ ਹੈ ਨਾ, ਰੋਡ ਦੇ ਨਾਲ ਬਿਲਕੁਲ ਟਕਰਾ ਕੇ ਤਕਰੀਬਨ ਕੋਈ 2-3 ਕਿੱਲਿਆਂ ਦਾ ਫਰਕ ਹੈ, 2-3 ਕਿੱਲਿਆਂ ਦਾ ਇਹ ਪਾਣੀ ਚੜ੍ਹਦਾ ਦੇ ਤੁਹਾਡੇ ਸਾਹਮਣੇ ਤੁਕ ਦਿਖਾਉਂਦੇ ਹਨ।